नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। बरनाला में चोरों ने दो जगहों पर चोरी व लूटपाट की वारदातों को दिया अंजाम। स्पेयर पार्ट्स की दुकान से 5,000 की नकदी लूट हुए फरार। मां त्रिपुर मालिनी जी के मेले का हुआ आगाज। बड़ी संख्या में भक्त लाल झंडे लेकर मां के दरबार में हुए नतमस्तक। प्रसिद्ध भजन गायकों ने लगाई हाजिरी। और अब हलचल विस्तार से। आगामी लोकसभा चुनाव को देखते हुए बरनाला में पुलिस प्रशासन की तरफ से जगह जगह नाकाबंदी की गई है। जगह जगह पैरामिलिट्री फोर्सेस लगाई गई हैं। इसके बावजूद भी लुटेरे लूटपाट और चोरी की वारदातों को बड़े ही आराम से अंजाम दे रहे हैं। ताज़ा मामले में बरनाला में भी दो जगह चोरों ने चोरी की वारदात को अंजाम दिया, जिसमें एक जगह कबाड़ की दुकान पर चोरों ने हाथ साफ करने की कोशिश की, लेकिन मोहल्ला वासियों ने मौके पर इस चोरी को होने से बचा लिया, लेकिन चोर मौके से फरार हो गए। वहीं दूसरी घटना में बरनाला की एक बेरिंग स्पेयर पार्ट्स की दुकान पर सुबह 6 बजे दो नकाबपोश लुटेरे लूटपाट की घटना को अंजाम देते हुए तकरीबन 5,000 की लूट कर मौके से फरार हो गए। इस अवसर पर पीड़ित दुकानदारों ने रोष जताते हुए कहा कि चोरों की तरफ से आए दिन चोरी की घटनाओं को अंजाम दिया जा रहा है, लेकिन प्रशासन इस पर कुछ नहीं कर रहा। वहीं इस सारी घटनाओं को लेकर DCP बरनाला सतबीर सिंह ने CCTV की कैमरा की जांच का हवाला देते हुए कहा कि चोरों को जल्द पकड़ लिया जाएगा। बरनाला से हलचल के लिए विनोद शर्मा की रिपोर्ट। 6:07 आए ने, अंदर दो जाने सी जी। ਮੈਨੂੰ ਕਹਿੰਦਾ ਬੈਲਟ ਲੈਣੀ ਹੈ, ਮੈਂ ਵੀ ਬੈਲਟ ਹੈ ਨਹੀਂ ਜੀ, ਨਾ ਅਸੀਂ ਦਿੰਦੇ ਹਾਂ, ਨਾ ਬੇਟਾ ਆਊਗਾ। ਫਿਰ ਅਸੀਂ ਚਿੰਬਰ ਚੌੜਾਈ ਹੋ ਗਈ, ਦੋ ਜਣੇ ਦੂਜੇ ਰਿਵਾਲਵਰ ਕੱਢ ਲਿਆ ਜੀ। ਚੋਣ ਜ਼ਾਬਤਾ ਤਾਂ ਦੇਖੋ, ਹੁਣ ਆਪਾਂ ਨੂੰ ਪਤਾ ਵੋਟਾਂ ਆ ਰਹੀਆਂ ਅੱਗੇ, ਅਸਲਾ ਧਾਰਕਾਂ ਨੇ ਅਸਲਾ ਜਮ੍ਹਾਂ ਕਰਾਉਣਾ ਹੈ। ਹਰੇਕ ਬੰਦੇ ਨੇ ਆਪਦੀ ਸੇਫਟੀ ਸਿਕਿਉਰਿਟੀ ਲਈ ਹੈ, ਪਰ ਉੱਥੇ ਇਹ ਚੀਜ਼ਾਂ ਦਾ ਜੋ ਅਪਰਾਧ ਨੇ ਇਸ ਤਰ੍ਹਾਂ ਦੇ ਵੱਧ ਰਹੇ ਨੇ। ਸੋ ਇੱਕ ਆਮ ਇਨਸਾਨ ਲਈ ਇਹ ਜੋ ਜਦ ਕਿ ਇਹਨਾਂ ਨੂੰ ਪਤਾ ਕਿ ਅਸਲੇ ਜਮ੍ਹਾਂ ਹੋ ਗਏ ਨੇ ਜਾਂ ਹੋਰ ਹੈ, ਇਹਨਾਂ ਦੇ ਹੌਸਲੇ ਜਿਹੜੇ ਨੇ ਉਹ 7ਵੇਂ ਆਸਮਾਨ ਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਭੱਜਾਂਗੇ ਵੀ ਸਾਡੇ ਕਿਹੜਾ ਕੋਈ ਫਾਇਰ ਮਾਰ ਲਊ, ਜਾਂ ਅਸੀਂ ਕਿਸੇ ਦੀ ਕੋਈ ਕੀਮਤੀ ਚੀਜ਼ ਆ ਉਹ ਖੋ ਕੇ ਭੱਜ ਲਾਂਗੇ ਜੀ। ਅੱਜ ਸਵੇਰੇ ਕਰੀਬ 6:30 ਦੀ ਘਟਨਾ, ਬਰਨਾਲਾ ਦੇ ਪੁਰਾਣੇ ਬੱਸ ਸਟੈਂਡ ਕੋਲੇ ਇੱਕ ਦੁਕਾਨ ਹੈ ਪੱਖੋ ਵਾਲੇ ਜੀਵਨ ਦੀ ਦੁਕਾਨ, ਜਿਹੜੇ ਕਿ ਬੇਅਰਿੰਗਸ ਅਤੇ ਬੈਲਟਾਂ ਵਗੈਰਾ ਵੇਚਣ ਦਾ ਕੰਮ ਕਰਦੇ ਨੇ। ਇਹ ਦੁਕਾਨ ਦੇ ਮਾਲਕ ਜੀਵਨ ਕੁਮਾਰ ਜਦੋਂ ਅੱਜ ਸਵੇਰੇ ਅਰਲੀ ਮੋਰਨਿੰਗ ਆਪਣੀ ਦੁਕਾਨ 'ਤੇ ਆਏ ਸੀ, ਤਾਂ ਕਰੀਬ 6:30 ਦੋ ਨੌਜਵਾਨ ਇੱਕ ਆਲਟੋ ਕਾਰ ਦੇ ਵਿੱਚ ਆਏ। ਉਹਨਾਂ ਵਿੱਚੋਂ ਇੱਕ ਨੌਜਵਾਨ ਦੁਕਾਨ ਦੇ ਅੰਦਰ ਵੜ ਕੇ ਉਹਨੇ ਕੁਛ ਸਮਾਨ ਬਾਰੇ ਜੀਵਨ ਕੁਮਾਰ ਨੂੰ ਪੁੱਛਿਆ, ਅਤੇ ਉਹਨੇ ਇਸੇ ਦੇ ਦੌਰਾਨ ਉਹਦੇ ਕਾਊਂਟਰ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ, ਅਤੇ ਉੱਥੇ ਕੁਛ ਟਾਈਮ ਇਹਦੀ ਜੀਵਨ ਕੁਮਾਰ ਦੇ ਨਾਲ ਹੱਥੋਪਾਈ ਵੀ ਹੋਈ। ਇਸ ਦੇ ਨਾਲ ਹੀ ਜਿਹੜਾ ਇੱਕ ਦੂਜਾ ਨੌਜਵਾਨ ਸੀ ਆਲਟੋ ਕਾਰ ਵਿੱਚ, ਉਹ ਵੀ ਉੱਥੇ ਆ ਗਿਆ, ਅਤੇ ਜਿਨ੍ਹਾਂ ਵੱਲੋਂ ਵਰਬਲ ਤੌਰ ਦੇ ਉੱਤੇ ਜੀਵਨ ਕੁਮਾਰ ਨੂੰ ਪਿਸਤੌਲ ਦਿਖਾਉਣ ਬਾਰੇ ਡਰਾਵਾ ਦਿੱਤਾ ਗਿਆ ਕਿ ਸਾਡੇ ਕੋਲ ਪਿਸਤੌਲ ਹੈ, ਅਤੇ ਉਹਦੇ ਕਾਊਂਟਰ ਦੇ ਵਿੱਚੋਂ ਕਰੀਬ 5,000 ਰੁਪਇਆ ਜਿਹੜਾ ਸਨੈਚ ਕਰਕੇ ਉੱਥੋਂ ਫਰਾਰ ਹੋ ਗਏ ਮੌਕੇ 'ਤੇ। ਜਿਹੜੀ ਹਾਲੇ ਤੱਕ ਹੁਣ ਤੱਕ ਦੀ ਤਫਦੀਸ਼ ਵਿੱਚ ਉਹਨਾਂ ਦੇ ਕੋਲ ਪਿਸਟਲ ਹੋਣ ਦੀ ਗੱਲ ਜਿਹੜੀ ਹਾਲੇ ਤੱਕ ਕਨਫਰਮ ਨਹੀਂ ਹੋ ਸਕੀ ਹੈ, ਬਟ ਆਪਾਂ ਜੀਵਨ ਕੁਮਾਰ ਦੇ ਬਿਆਨਾਂ ਦੇ ਉੱਤੇ FIR ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰ ਰਹੇ ਹਾਂ। ਸਾਰੇ ਹੀ ਸਬ ਡਿਵੀਜ਼ਨ ਬਰਨਾਲਾ ਦੇ SHOs ਅਤੇ ਜਿਹੜੀਆਂ ਵੱਖ ਵੱਖ ਟੀਮਾਂ CIA ਬਰਨਾਲਾ ਦੀਆਂ ਬਣਾ ਕੇ
ਸੀਸੀਟੀਵੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਗ੍ਰਿਫਤਾਰ ਕੀਤਾ ਜਾਵੇਗਾ। ਅਸੀਂ ਜਲਦ ਹੀ ਦੋਸ਼ੀਆਂ ਦੀ ਸੀਸੀਟੀਵੀ ਫੁਟੇਜ ਵੀ ਜਿਹੜਾ ਮੀਡੀਆ ਵਿੱਚ ਸ਼ੇਅਰ ਕਰਾਂਗੇ ਤਾਂ ਜੋ ਇਹਨਾਂ ਨੂੰ ਜਲਦੀ ਆਈਡੈਂਟੀਫਾਈ ਕੀਤਾ ਜਾ ਸਕੇ। 51 ਸ਼ਕਤੀਪੀਠੋਂ ਮੇਂ ਸੇ ਇੱਕ ਔਰ ਪੰਜਾਬ ਕੇ ਇੱਕ ਮਾਤਰ ਸਿੱਧ ਸ਼ਕਤੀਪੀਠ ਵਿਸ਼ਵਮੁਖੀ ਮਾਂ ਤ੍ਰਿਪੁਰ ਮਾਲਨੀ ਦਰਬਾਰ ਕਾ ਵਾਰਸ਼ਿਕ ਮੇਲਾ ਬਹੁਤ ਹਰਸ਼ੋਲਾਸ ਏਵਮ ਧੂਮਧਾਮ ਸੇ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਾਂਗਣ ਮੇਂ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਕੀ ਔਰ ਸੇ ਮਨਾਇਆ ਜਾ ਰਹਾ ਹੈ, ਜਿਸ ਕਾ ਸ਼ੁਭਾਰੰਭ ਦੈਨਿਕ ਸਵੇਰਾ ਕੇ ਮੁੱਖ ਸੰਪਾਦਕ ਏਵਮ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਕੇ ਅਧਿਅਕਸ਼ ਸ਼ੀਤਲ ਵਿਜ, ਮਹਾਸਚਿਵ ਰਾਜੇਸ਼ ਵਿਜ, ਵਰਿਸ਼ਠ ਪ੍ਰਧਾਨ ਲਲਿਤ ਗੁਪਤਾ, ਕੋਸ਼ਾਧਿਅਕਸ਼ ਪਵਿੰਦਰ ਬਹਿਲ ਨੇ ਦੀਪ ਪ੍ਰਜਵਲਿਤ ਕਰ ਕੀਆ। ਇਸ ਮੌਕੇ ਪਰ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਕੇ ਅਧਿਅਕਸ਼ ਸ਼ੀਤਲ ਵਿਜ ਨੇ ਸਭੀ ਮਾਂ ਭਕਤੋਂ ਕੋ ਮਾਂ ਤ੍ਰਿਪੁਰ ਮਾਲਨੀ ਕੀ ਮੇਲੇ ਕੀ ਹਾਰਦਿਕ ਬਧਾਈ ਦੀ ਔਰ ਦੂਰ ਦੂਰ ਸੇ ਆਨੇ ਵਾਲੇ ਭਕਤੋਂ ਕਾ ਆਭਾਰ ਵਿਅਕਤ ਕੀਆ। ਇਸ ਦੌਰਾਨ ਉਨ੍ਹਾਂ ਮਹਾਮਾਈ ਕੇ ਦਰਬਾਰ ਮੇਂ ਨਤਮਸਤਕ ਹੋਣੇ ਵਾਲੇ ਸਭੀ ਮਾਂ ਭਕਤੋਂ ਕੀ ਚੜ੍ਹਦੀ ਕਲਾ ਕੀ ਕਾਮਨਾ ਕੀ। ਇਸ ਮੌਕੇ ਪਰ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਕੇ ਮਹਾਸਚਿਵ ਰਾਜੇਸ਼ ਵਿੱਚ, ਵਰਿਸ਼ਠ ਉਪ ਪ੍ਰਧਾਨ ਲਲਿਤ ਗੁਪਤਾ, ਕੋਸ਼ਾਧਿਅਕਸ਼ ਪਵਿੰਦਰ ਬਹਿਲ ਨੇ ਬਤਾਇਆ ਕਿ ਇਸ ਮੇਲੇ ਮੇਂ ਦੇਸ਼ ਵਿਦੇਸ਼ੋਂ ਸੇ ਮਾਂ ਤ੍ਰਿਪੁਰ ਮਾਲਨੀ ਕੇ ਭਕਤ ਲਾਲ ਝੰਡੇ ਲੇਕਰ ਬੈਂਡ ਬਾਜੇ ਤਾਸ਼ਾ ਪਾਰਟੀਓਂ ਕੇ ਸਾਥ ਨਾਚਤੇ ਗਾਤੇ ਮਹਾਮਾਈ ਕੇ ਦਰਬਾਰ ਮੇਂ ਨਤਮਸਤਕ ਹੋਣੇ ਕੇ ਲੀਏ ਆਤੇ ਹੈਂ। ਉਨ੍ਹਾਂ ਬਤਾਇਆ ਕਿ ਮਾਂ ਤ੍ਰਿਪੁਰ ਮਾਲਨੀ ਕੇ ਦਰਬਾਰ ਮੇਂ ਪ੍ਰਸਿੱਧ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਵੀ ਆਪਣੀ ਹਾਜ਼ਰੀ ਲਗਾਏਂਗੇ। ਇਸ ਦੌਰਾਨ ਪ੍ਰਸਿੱਧ ਗਾਇਕ ਦੇਵ ਚੰਚਲ, ਆਸਟ੍ਰੇਲੀਆ ਵਾਲੇ ਵਰੁਣ ਮਦਾਨ, ਗੌਰਵ ਚਤਰਤ, ਬਸੰਤ ਸ਼ਰਮਾ, ਜੋਤੀ ਸ਼ਰਮਾ, ਪ੍ਰਦੀਪ ਪੁਜਾਰੀ, ਚੀਨੂ ਸਹਿਗਲ, ਸ਼ੰਕੀ ਸਹਿਗਲ, ਗੋਪਾਲ ਪਾਂਡੇ, ਵਿਨੂ ਸਹਿਗਲ, ਲਵਿਸ਼ ਲਵ, ਅਮਿਤ ਕੁਮਾਰ, ਪ੍ਰਵੀਨ ਲੱਕੀ ਨੇ ਵਿਸ਼ੇਸ਼ ਰੂਪ ਸੇ ਮਾਂ ਤ੍ਰਿਪੁਰ ਮਾਲਨੀ ਕੀ ਮਹਿਮਾ ਕਾ ਗੁਣਗਾਨ ਕਰ ਭਕਤੋਂ ਕੋ ਮੰਤਰ ਮੁਗਧ ਕੀਆ। ਇਸ ਮੌਕੇ ਪਰ ਸੇਵਾਦਾਰ ਬਲਦੇਵਾਨੰਦ, ਰਮਨ ਸ਼ਰਮਾ, ਭੂਸ਼ਣ ਕੋਹਲੀ, ਪੂਰਵ ਪ੍ਰਧਾਨ ਵਿਨੋਦ ਗੁਪਤਾ, ਅਜੇ ਲਾਲੀ, ਸੁਦਰਸ਼ਨ ਜੋਤੀ ਸਹਿਤ ਅਸੰਖਿਅ ਮਾਂ ਭਕਤ ਮੌਜੂਦ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੰਦੀਪ ਸ਼ਰਮਾ ਔਰ ਸੁਦੇਸ਼ ਭਗਤ ਕੇ ਸਾਥ ਕੁਸ਼ ਚਾਵਲਾ ਕੀ ਰਿਪੋਰਟ।
ਕੱਲ੍ਹ ਤੋਂ ਹੀ ਸ਼ਾਮ ਤੋਂ ਮੇਲਾ ਸ਼ੁਰੂ ਹੋ ਗਿਆ।
ਰਾਤੀ ਚੌਂਕੀ ਸੀ, ਸਾਰੇ ਨੇ ਬਹੁਤ ਆਨੰਦ ਲਿਆ। ਬੜੇ ਵਧੀਆ ਵਧੀਆ ਰਾਜਕੁਮਾਰ ਸਹਿਗਲ ਜੀ ਨੇ ਭਜਨ ਗਾਏ ਔਰ 12 ਵਜੇ ਤੋਂ ਬਾਅਦ ਇਸ਼ਨਾਨ ਕਰਾ ਕੇ ਮਾਤਾ ਰਾਣੀ ਦੇ ਵਸਤਰ ਧਾਰਨ ਕਰਾ ਕੇ ਸਵੇਰੇ 4 ਵਜੇ ਮਾਤਾ ਰਾਣੀ ਦੇ ਦਰਸ਼ਨਾਂ ਵਾਸਤੇ ਦਿੱਤਾ ਗਿਆ ਔਰ 4 ਵਜੇ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਪਈ ਆ ਔਰ ਸਾਰਾ ਕੰਮ ਵਿਧੀ ਅਨੁਸਾਰ ਔਰ ਆਸਥਾ ਨਾਲ ਚਲਿਆ ਜਾ ਰਿਹਾ। ਅੱਜ ਸਾਰਾ ਦਿਨ ਮਹਾਨ ਗਾਇਕ ਪੰਜਾਬ ਦੇ ਇਸ ਮਾਂ ਦੇ ਦਰਬਾਰ ਦੇ ਵਿੱਚ ਗੁਣਗਾਨ ਕਰਨਗੇ। ਲੋਕ ਆਪਣੀਆਂ ਮੁਰਾਦਾਂ ਮੰਗ ਰਹੇ, ਝੰਡੇ ਲੈ ਕੇ ਜੈ ਮਾਤਾ ਦਾ ਸਾਰੇ ਪਾਸੇ ਜੈ ਮਾਤਾ ਦਾ ਗੂੰਜਿਆ ਜਾ ਰਿਹਾ ਔਰ ਹੋਰ ਮੈਂ ਦੱਸਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ, 9 ਤਰੀਕ ਤੋਂ ਪਹਿਲਾਂ ਨਵਰਾਤਰਾ ਸ਼ੁਰੂ ਹੋ ਰਿਹਾ। ਸਾਰੇ ਨਵਰਾਤਰੇ ਬਹੁਤ ਉੱਤਮ ਹੈ ਔਰ ਹੁਣ ਸਭ ਤਿਉਹਾਰਾਂ ਦੇ ਦਿਨ ਹੀ ਚੱਲ ਰਹੇ ਹੈ। ਇਸ ਤੋਂ ਬਾਅਦ 12 ਤਰੀਕ ਨੂੰ ਸਾਡੇ ਸ਼੍ਰੀ ਦੇਵੀ ਤਲਾਬ ਮੰਦਰ ਦੇ ਵਿੱਚ ਜਿਹੜੀ ਵਾਰਸ਼ਿਕ ਚੌਂਕੀ ਹੁੰਦੀ ਹੈ ਉਹ ਵਿਸਾਖੀ ਦੇ ਤੋਂ ਇੱਕ ਦਿਨ ਪਹਿਲੇ ਉਹ ਕੀਤੀ ਜਾਏਗੀ ਔਰ 13 ਨੂੰ ਵਿਸਾਖੀ ਦਾ ਇੱਕ ਵਿਸ਼ਾਲ ਮੇਲਾ ਲਗਾਇਆ ਜਾਂਦਾ ਇੱਥੇ। ਸੋ ਮੈਂ ਆਪਣੇ ਵੱਲੋਂ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਜਿਹੜੇ ਸਾਡੇ ਤਿਉਹਾਰ ਆ ਸਾਡੇ ਨਾਲ ਰਲ ਮਿਲ ਕੇ ਮਨਾਓ। 16 ਤਰੀਕ ਨੂੰ ਇੱਕ ਅਸੀਂ ਰਾਮ ਨੌਮੀ ਦੀ ਉਪਲਕਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਬੜੀ ਵਿਸ਼ਾਲ ਯਾਤਰਾ ਨਿਕਾਲ ਰਹੇ ਹਾਂ ਔਰ ਸਾਰਾ ਸ਼ਹਿਰ ਰਾਮਮਈ ਹੋਏਗਾ। ਮੈਂ ਵੱਲੋਂ ਸਾਡੇ ਪ੍ਰਧਾਨ ਸ਼ੀਤਲ ਵਿੱਜ ਜੀ ਵੱਲੋਂ, ਸਾਰੀ ਕਮੇਟੀ ਦੇ ਮੈਂਬਰ ਔਰ ਸੇਵਾਦਾਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਅੰਮ੍ਰਿਤਸਰ ਪੁਲਿਸ ਨੇ ਇੱਕ ਨਾਮੀ ਡਾਕਟਰ ਕੋ ਗ੍ਰਿਫਤਾਰ ਕੀਆ ਹੈ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਪੀੜਿਤ ਗੋਕੁਲ ਚੰਦ ਨੇ ਬਤਾਇਆ ਕਿ 1 ਅਕਤੂਬਰ 2018 ਕੋ ਉਸਕੀ ਪਤਨੀ ਕੋ ਹਸਪਤਾਲ ਮੇਂ ਭਰਤੀ ਕਰਵਾਇਆ ਗਿਆ ਥਾ ਔਰ 2 ਅਕਤੂਬਰ ਕੋ ਉਸਕੀ ਪਤਨੀ ਕੀ ਮੌਤ ਹੋ ਗਈ ਥੀ, ਜਿਸਕੇ ਬਾਅਦ ਮੈਡੀਕਲ ਬੋਰਡ ਬਣਾਇਆ ਗਿਆ, ਜਿਸਸੇ ਇਹ ਬਾਤ ਸਾਹਮਣੇ ਆਈ ਕਿ ਡਾਕਟਰ ਕੀ ਲਾਪਰਵਾਹੀ ਕੀ ਵਜ੍ਹਾ ਸੇ ਉਸਕੀ ਪਤਨੀ ਕੀ ਮੌਤ ਹੋਈ ਹੈ। 7 ਮਾਰਚ 2021 ਕੋ ਡਾਕਟਰ ਪਰ ਮਾਮਲਾ ਦਰਜ ਕੀਆ ਗਿਆ ਔਰ 5.5 ਵਰਸ਼ ਬਾਅਦ ਡਾਕਟਰ ਪ੍ਰਵੀਨ ਦੇਵਗਨ ਕੋ ਗ੍ਰਿਫਤਾਰ ਕੀਆ ਗਿਆ ਹੈ ਔਰ ਉਸਕਾ ਡਾਕਟਰ ਕਾ ਲਾਇਸੈਂਸ ਵੀ ਰੱਦ ਕਰ ਦਿਆ ਗਿਆ ਹੈ, ਜਿਸੇ ਅਦਾਲਤ ਮੇਂ ਪੇਸ਼ ਕੀਆ ਗਿਆ ਹੈ। ਤੋ ਵਹੀਂ ਇਸ ਮੌਕੇ ਪਰ ਗ੍ਰਿਫਤਾਰ ਡਾਕਟਰ ਪ੍ਰਵੀਨ ਦੇਵਗਨ ਨੇ ਬਤਾਇਆ ਕਿ ਉਸ ਪਰ ਲਗਾਏ ਗਏ ਆਰੋਪ ਬੇਬੁਨਿਆਦ ਹੈ, ਉਨ੍ਹੇ ਮਾਨਨੀ ਅਦਾਲਤ ਪਰ ਪੂਰਾ ਭਰੋਸਾ ਹੈ। ਵਹੀਂ ਪੁਲਿਸ ਅਧਿਕਾਰੀ ਨੇ ਬਤਾਇਆ ਕਿ ਫਿਲਹਾਲ ਅਭੀ ਡਾਕਟਰ ਪ੍ਰਵੀਨ ਦੇਵਗਨ ਕੋ ਜ਼ਮਾਨਤ ਨਹੀਂ ਮਿਲੀ ਹੈ, ਅਦਾਲਤ ਨੇ ਉਸੇ ਨਿਆਇਕ ਹਿਰਾਸਤ ਮੇਂ ਭੇਜ ਦਿਆ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਿਏ ਸੁਨੀਲ ਖੋਸਲਾ ਕੀ ਰਿਪੋਰਟ। ਸਭ ਨੂੰ ਕੋਰਟ ਚ ਪੇਸ਼ ਕਰਾਇਆ ਸੀ, ਕੀ ਕਹਿਣਾ ਚਾਹੁੰਦੇ? ਪੇਸ਼ ਕੀਤਾ ਸੀ ਜੀ, ਤੇ ਫਿਲਹਾਲ ਤਾਂ ਜੁਡੀਸ਼ੀਅਲ ਛੱਡਣ ਚੱਲੇ ਇਹਨਾਂ ਨੂੰ ਤੇ ਅੱਗੇ ਜੋ ਕਿਹੜੇ ਕੇਸ ਦੇ ਵਿੱਚ ਲੈਣਾ ਗਿਆ? ਇਹ ਕੇਸ ਪੁਰਾਣਾ ਕੇਸ ਹੈਗਾ, 70/21 ਦਾ ਮੁਕੱਦਮਾ ਸੀ, 467-68-71 ਦਾ। ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ, ਰਾਤ ਅੱਜ ਪੇਸ਼ ਕੀਤਾ ਗਿਆ ਜੁਡੀਸ਼ੀਅਲ। ਕੀ ਕਿਹਾ ਗਿਆ ਜੱਜ ਸਾਹਿਬ ਵੱਲੋਂ? ਜੱਜ ਸਾਹਿਬ ਨੇ ਕੁਛ ਨਹੀਂ ਕਿਹਾ, ਉਹਨਾਂ ਦਲੀਲਾਂ ਸੁਣ ਲਈਆਂ, ਦੋਹਾਂ ਵਕੀਲਾਂ ਦੀਆਂ, ਹੋਰ ਕੁਛ ਨਹੀਂ ਹੁੰਦਾ। ਤੇ ਇਹਨਾਂ ਨੂੰ ਜਮਾਨਤ ਦੇ ਦਿੱਤੀ? ਨਹੀਂ ਨਹੀਂ, ਹਜੇ ਨਹੀਂ ਜਮਾਨਤ ਦਿੱਤੀ। ਸਾਰੇ ਅਲੀਗੇਸ਼ਨ ਬਿਲਕੁਲ ਮਾਣਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ। ਸਾਨੂੰ ਪੁਲਿਸ 'ਤੇ ਔਰ ਮਾਣਯੋਗ ਅਦਾਲਤ 'ਤੇ ਪੂਰਾ ਭਰੋਸਾ ਸੀ, ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਣ ਰੱਖਿਆ। ਥੈਂਕ ਯੂ ਵੈਰੀ ਮੱਚ। ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਿਰ ਕੇ ਪਾਵਨ ਪ੍ਰਾਂਗਣ ਸੇ ਸ਼੍ਰੀ ਰਾਮ ਨਵਮੀ ਕੇ ਉਪਲਕਸ਼ ਮੇਂ 16 ਅਪ੍ਰੈਲ ਦਿਨ ਮੰਗਲਵਾਰ ਕੋ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਿਰ ਸੇ ਦੁਪਹਿਰ 2 ਵਜੇ ਨਿਕਾਲੀ ਜਾ ਰਹੀ ਭਵਯ ਸ਼ੋਭਾ ਯਾਤਰਾ ਕੇ ਸੰਬੰਧ ਮੇਂ ਜਨ ਸੰਪਰਕ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸਕੇ ਅੰਤਰਗਤ ਸੰਪਰਕ ਅਭਿਆਨ ਟੀਮ ਕੇ ਅਸ਼ਵਨੀ ਸ਼ਰਮਾ, ਰਮਨ ਸ਼ਰਮਾ, ਸੌਰਵ ਸ਼ਰਮਾ ਔਰ ਮਨੀਸ਼ ਸ਼ਰਮਾ ਨੇ ਕੁਟੀਆ ਸ਼੍ਰੀ ਸਿੱਧ ਬਾਬਾ
बेरी वाले किशनपुरा के बाबा बीराम भगत, मास्टर हरिचंद, शिव सहगल एवं संजीव कपूर, माँ कालिका धाम किशनपुरा के आचार्य इंद्रदेव बबलू पंडित, देसराज रवि कुमार, राकेश चोपड़ा, प्रीति मुल्तानी, हरिओम सनी, वीना देवी एवं शशि, संत समाज वेलफेयर सोसाइटी के पंजाब प्रधान साई मधु, पूजा मनदीप, शालू एवं हरमिंदर कौर, श्री शिव पार्वती मंदिर धानका मोहल्ला के रमेश नगर, नागर बॉर्डर मसाला मनी एवं देवी, श्री दुर्गा माता मंदिर अजीत नगर के सुदेश कुमार, संदीप छिब्बर, पंडित वासुदेव एवं पंडित मदन से संपर्क साधकर उन्हें प्रचार सामग्री भेंट कर असंख्य भक्तों व सुंदर झांकियों समेत इस शोभा यात्रा में शामिल होने के लिए निमंत्रण पत्र प्रदान किए। इस दौरान सभी मंदिर प्रबंधक कमेटियों के पदाधिकारियों व सदस्यों ने संपर्क अभियान की टीम को ये विश्वास दिलाया कि वे असंख्य भक्तों व सुंदर झांकियों सहित इस शोभा यात्रा में भाग लेकर प्रभु श्री राम जी का आशीर्वाद प्राप्त करेंगे। जालंधर से हलचल के लिए कैमरामैन संदीप शर्मा की रिपोर्ट। सारे भक्तों को जय बाबा जी की, जय श्री राम। तो बहुत ही सुभाग भरिया दिन आ रहा है जो कि सिद्ध शक्ति पीठ श्री देवदला मंदिर तो हर साल की तरह इस बार भी 16 अप्रैल दिन मंगलवार को बहुत ही विशाल शोभा यात्रा कढ़ी जा रही है। तो सारे भगतों को राम भगतों को बेनती है कि सारिया ने इकट्ठे हो के अपा नाल जय श्री राम के जकारे लाते हुए शोभा यात्रा का मान बधाना है। तो सारे इकट्ठे होकर शोभा यात्रा शामिल होना है। जय श्री राम, जय श्री राम, जय श्री राम दी तरह की शुभ यात्रा निकलती है। तो ऐतकी भी जा रही है निकल वास्ते और सारे हम हमा के पहुँचो। मेरे वालों सारे बहुत बहुत मुबारक। हर साल की तरह इस साल भी शक्तिपीठ श्री देवतला प्रबंधक कमेटी वालों भगवान राम की शोभा यात्रा जिहड़ी कि 16 अप्रैल निकलूगी, जिहड़े कि हर साल तुहानूं शीतल बाहू जी सद्दा भेजदे है, उन्हां दा असीं बहुत बहुत धन्नवाद करदे हां। मैं प्रधान शिव पार्वती मंदिर वालों मैं आसन दिलाना कि मैं झाकिया के नाल ते बैंड बाजे नाल संगतां नूं लै के शक्तिपीठ श्री देवतला मंदिर पहुँचूंगा। जय माता दी। बड़ा ही हर्ष का विषय है कि हर साल की जगह तरह इस साल भी श्री देवीतला प्रबंधक कमेटी वालों शोभा यात्रा निकल रही है 16 तरीक न। सारे अगर बेनती है कि इस उत्सव धूमधाम का हिस्सा लैन। तो साड़ी कमेटी भी श्री दुर्गा मंदिर प्रबंधक कमेटी पुरिया बगीची अजीत नगर तो भी सारी कमेटी शोभा यात्रा में शामिल होएगी। तो अगर भी सारे अगर बेनती है कि शोभा यात्रा जरूर शामिल होवो तो प्रभु राम जी का आशीर्वाद प्राप्त। कपूर एसोसिएट्स के मालिक एडवोकेट नरेंद्र बजाज अपनी सांसारिक यात्रा पूर्ण कर प्रभु चरणों में विलीन हो गए हैं। उनकी आत्मिक शांति हेतु रस्म पगड़ी और श्रद्धांजलि सभा का आयोजन श्री महालक्ष्मी मंदिर जेल रोड जालंधर में हुआ। इस मौके पर पंडित गुलशन शर्मा द्वारा श्री गरुड़ पुराण का पाठ कर स्वर्गीय एडवोकेट नरेंद्र बजाज की आत्मिक शांति हेतु प्रार्थना की गई। इस मौके पर विधायक बाबा हेनरी, पूर्व विधायक केडी भंडारी जालंधर सेंट्रल से, विधायक रमन अरोड़ा, पूर्व विधायक रजिंदर बेरी, लोकसभा सांसद सुशील रिंकू, पूर्व विधायक शीतल अंगुराल, राजेश विज, तरसेम कपूर, पूर्व मेयर जालंधर सुदेश सहगल, रमेश सहगल, पवन भुंडी, एडवोकेट पवन भाला, एडवोकेट राजीव वर्मा, चरण कपूर, सनी कपूर, बाबा सोडल, पंकज चड्डा, एडवोकेट सूरी, बंटी नीलकंठ ईटीओ, शैलेंद्र ईटीओ, धर्मेंद्र, इलेक्ट्रॉनिक एसोसिएशन के अध्यक्ष सहगल, परमिंदर बहल, इकबाल सिंह अरनेजा, मोनूपुरी, अनिल तनेजा, जिमी कालिया, पवन गुप्ता, राकेश मल्होत्रा, रजनीश खन्ना, सुरेश सागर, हरजिंदर राजा, अवनीश अरोड़ा, सुदेश विज, नरेश शर्मा, प्रिंस ग्रोवर, राजेश कपूर,
ਅਮਰਜੀਤ ਸਿੰਘ ਅਮਰੀ, ਸਾਹਿਲ ਖੰਨਾ, ਐਡਵੋਕੇਟ ਅੰਜੂ ਬਾਲਾ, ਐਡਵੋਕੇਟ ਮੰਜੂ ਬਾਲਾ ਸਹਿਤ ਪਰਿਵਾਰਿਕ ਸਦੱਸਿਓ ਮੇਂ ਪਤਨੀ ਨਿਰੂਪਮਾ, ਤੁਸ਼ਾਰ, ਨਿਕਿਤਾ, ਸ਼ਿਵੇਸ਼, ਦੀਕਸ਼ਾ, ਪਵਨ, ਵੰਦਨਾ, ਵਿਵਾਨ, ਦੇਵਨਿਆ ਸਹਿਤ ਰਾਜਨੀਤਿਕ, ਧਾਰਮਿਕ ਤਥਾ ਸਮਾਜਿਕ ਵਰਗ ਸੇ ਜੁੜੇ ਲੋਗੋਂ ਨੇ ਪਹੁੰਚ ਕਰ ਸਵਰਗੀ ਐਡਵੋਕੇਟ ਨਰਿੰਦਰ ਬਜਾਜ ਕੋ ਭਾਵਭੀਨੀ ਸ਼ਰਧਾਂਜਲੀ ਭੇਂਟ ਕੀ। ਕਪੂਰ ਸਾਹਿਬ ਜਿਸ ਵਕਤ ਬਾਲ ਲਿਖ ਲੈਂਦਾ ਹੈ ਜਨਮ ਆਸੂ ਕਿਉਂ ਹੈ ਕਹਿੰਦਾ ਕਿ ਮੈਂ ਜਿਸ ਮੋਹ ਮਾਇਆ ਦੇ ਜੰਜਾਲ ਨੂੰ ਛੱਡ ਕੇ ਗਿਆ ਸੀ ਮੈਨੂੰ ਪ੍ਰਭੂ ਤੂੰ ਇੱਥੇ ਆ ਕੇ ਇੱਥੇ ਪਸੰਦ ਮਾਇਆ ਮਰੀ ਨਾ ਮਨ ਨੰਬਰ ਦੋ ਦੁਖੀ ਇੱਕ ਇਨਸਾਨ ਹੈ ਬਿਸਤਰ ਤੇ ਬਿਮਾਰ ਲੰਮਾ ਪਿਆ ਅਸੀਂ ਜਾ ਕੇ ਕੀ ਕਹਿੰਦੇ ਇੰਦਰਜੀਤ ਜੀ ਕਹਿੰਦਾ ਹਾਂ ਵੀ ਸੱਜਣਾ ਕਹਿੰਦਾ ਠੀਕ ਹੋ ਜਾਵਾਂਗਾ ਪ੍ਰਭੂ ਦਾ ਸਿਮਰਨ ਕਰਾਂਗਾ ਜੇ ਸਰ ਠੀਕ ਹੋ ਜਾਂਦਾ ਕਹਿੰਦਾ ਰੱਬ ਕਿੱਥੇ ਰਾਜੇ ਦੱਸੋ ਰੱਬ ਕਿੱਥੇ ਆ ਤੁਸੀਂ ਇੰਨੇ ਸਰੀਰ ਬੈਠੇ ਹੋ ਦੱਸੋ ਰੱਬ ਨੂੰ ਦੇਖਿਆ ਕਿੰਨੀ ਬਜਾਜ ਸਾਹਿਬ ਰੱਬ ਮੰਦਰ 'ਚ ਬੈਠਾ ਗੁਰਦੁਆਰਾ ਗਿਰਜਾਘਰ ਮਸੀਤਾਂ 'ਚ ਬੈਠਾ ਜਾਂ ਗੁਰੂਆਂ ਪੰਡਤਾਂ ਜੋਤਸ਼ੀਆਂ ਕੋਲ ਰੱਬ ਬੈਠਾ ਬਜਾਜ ਸਾਹਿਬ ਰੱਬ ਹੈ ਬਜਾਜ ਸਾਹਿਬ ਇੰਨੀ ਛੇਤੀ ਸਾਨੂੰ ਛੱਡ ਕੇ ਚਲੇ ਜਾਣਗੇ ਥੋੜ੍ਹੇ ਦਿਨ ਪਹਿਲਾਂ ਹੀ ਪਰਿਵਾਰ ਦੇ ਵਿੱਚ ਇੰਨੀਆਂ ਖੁਸ਼ੀਆਂ ਸਨ ਇੰਨੀ ਸ਼ਾਨੋ ਸ਼ੌਕਤ ਦੇ ਨਾਲ ਇੰਨੇ ਚਾਵਾਂ ਦੇ ਨਾਲ ਬੇਟੇ ਦੀ ਸ਼ਾਦੀ ਕੀਤੀ ਉਹ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਸਾਰੇ ਫੰਕਸ਼ਨ ਹੈ ਜਿਹੜੇ ਬੜੇ ਖੁਸ਼ੀ ਖੁਸ਼ੀ ਜਿਹੜੇ ਅਟੈਂਡ ਕੀਤੇ ਔਰ ਮੇਰਾ ਵੀ ਬਜਾਜ ਪਰਿਵਾਰ ਦੇ ਨਾਲ ਕਾਫੀ ਸਮੇਂ ਤੋਂ ਪੁਰਾਣਾ ਰਿਸ਼ਤਾ ਔਰ ਮੈਂ ਸਮਝਦਾ ਕਿ ਇਹ ਪਰਿਵਾਰ ਹੈ ਜਿਹੜਾ ਸਮਾਜ ਦੇ ਲਈ ਚਾਨਣ ਬਣਾਉਂਦਾ ਕਿਉਂਕਿ ਆਪਣੇ ਬਜ਼ੁਰਗਾਂ ਦੇ ਸਿਖਾਏ ਹੋਏ ਸੰਸਕਾਰ ਅੱਜ ਪੀੜ੍ਹੀ ਦਰ ਪੀੜ੍ਹੀ ਹੈ ਜਿਹੜੇ ਇਹ ਪਰਿਵਾਰ ਦੇ ਜਿਹੜੇ ਬੱਚੇ ਆ ਅੱਗੇ ਵਧਾ ਰਹੇ ਆਦਰਣੀ ਸਵਰਗਵਾਸੀ ਲਾਲਾ ਬ੍ਰਿਜਲਾਲ ਜੀ ਲਾਲਾ ਰਾਮਚੰਦ ਜੀ ਉਹਨਾਂ ਦੇ ਸਾਰਾ ਪਰਿਵਾਰ ਉਹਨਾਂ ਦੇ ਬੇਟੇ ਸਵਰਗਵਾਸੀ ਸਾਡੇ ਭਾਈ ਸਾਹਿਬ ਰਵਿੰਦਰ ਬਜਾਜ ਜੀ ਉਹਨਾਂ ਦੇ ਛੋਟੇ ਭਾਈ ਸਾਹਿਬ ਪਵਨ ਜੀ ਔਰ ਅੱਜ ਉਹਨਾਂ ਦੀ ਅਗਲੀ ਪੀੜ੍ਹੀ ਮੇਰੇ ਵੀ ਤੁਸ਼ਾਰ ਜੀ ਸ਼ਵੇਸ਼ ਜੀ ਅੱਜ ਆਪਣੇ ਬਜ਼ੁਰਗਾਂ ਦੇ ਜਿਹੜੇ ਸਿੱਖਿਆਵਾਂ ਉਹਨਾਂ 'ਤੇ ਚੱਲ ਕੇ ਅੱਜ ਸਮਾਜ ਦੇ ਵਿੱਚ ਪਰਿਵਾਰ ਨੂੰ ਅੱਗੇ ਵਧਾ ਰਹੇ ਹਾਂ ਪੂਜੀ ਮਾਤਰੀ ਸ਼ਸ਼ੀ ਆਦਰ ਮਹਾਨੁਭਾਵ ਬਹੁਤ ਹੀ ਦੁੱਖ ਦੀ ਗਈ ਹੈ ਸਾਡੇ ਪਰਿਵਾਰ ਦੇ ਲਈ ਬਜਾਜ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਮੋਤੀ ਮੇਰਾ ਛੋਟਾ ਭਰਾ ਸੀ ਇੱਕੋ ਮਹੱਲੇ 'ਚ ਰਹੇ ਇਹਨਾਂ ਦੀ ਦੁਕਾਨ ਤੋਂ ਬੈਕਰੀ ਸਮਾਨ ਲੈ ਕੇ ਆਉਣਾ ਮਿੱਠੇ ਪਿਆਰ ਦੇ ਵਿੱਚੋਂ ਇਹਨਾਂ ਦੇ ਪਿਤਾ ਜੀ ਸਵਰਗੀ ਬ੍ਰਿਜਲਾਲ ਜੀ ਚਾਚਾ ਰਾਮਚੰਦ ਜੀ ਬਚਪਨ ਇਕੱਠਾ ਬੀਤਿਆ ਉਹ ਜਿਸ ਤਰੀਕੇ ਦੇ ਨਾਲ ਬਜਾਜ ਪਰਿਵਾਰ ਨੇ ਮਿਹਨਤ ਕਰਕੇ ਇਮਾਨਦਾਰੀ ਦੇ ਨਾਲ ਆਪਣੇ ਵਪਾਰ ਦੇ ਵਿੱਚ ਤਰੱਕੀ ਕੀਤੀ ਹੈ ਉਹਦੇ ਪਿੱਛੇ ਸਾਰੇ ਪਰਿਵਾਰ ਦਾ ਯੋਗਦਾਨ ਹੈ ਲੇਕਿਨ ਮੋਦੀ ਦਾ ਜਿਹੜਾ
ਲੋਕਾਂ ਦੇ ਨਾਲ ਪਿਆਰ ਸੀ, ਮੁਹੱਬਤ ਸੀ, ਉਹ ਦੇਖਦੇ ਬਣਦੀ ਸੀ। ਇਹ ਸਭ ਚੱਲਣਹਾਰ ਵਿਆਸ ਕਵੀ ਅਤੇ ਵਿਰਾਜਮਾਨ ਪੂਜੇ ਬੰਡੇ ਜੀ, ਇਸ ਸ਼ੋਕ ਸਭਾ ਦੇ ਵਿੱਚ ਵਿਰਾਜਮਾਨ ਮੇਰੀਆਂ ਮਾਤਾਵਾਂ, ਭੈਣਾਂ, ਬਜ਼ੁਰਗ, ਅੱਜ ਆਪਾਂ ਸਮੁੱਚਾ ਜਲੰਧਰ ਸ਼ਹਿਰ ਬਜਾਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨੂੰ ਅਤੇ ਆਪਣੇ ਬੜੇ ਵੀਰ ਦੀ ਅੰਤਿਮ ਸ਼ੋਕ ਸਭਾ ਦੇ ਵਿੱਚ ਇਕੱਤਰ ਹੋਣ ਨੂੰ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ। ਮੇਰੇ ਤੋਂ ਪਹਿਲਾਂ ਬੋਲਦੇ ਹੋਏ ਸਿੱਖ ਸਾਹਿਬ ਨੇ ਦੱਸਿਆ ਕਿ ਬਜਾਜ ਪਰਿਵਾਰ ਦਾ ਨਾ ਕੇਵਲ ਆਪਣੇ ਪ੍ਰੋਫੈਸ਼ਨ ਦੇ ਨਾਲ, ਸਮਾਜ ਦੇ ਨਾਲ, ਕੀਤੇ ਦੇ ਨਾਲ, ਪਰ ਸਮੁੱਚੇ ਜਲੰਧਰ ਦੇ ਵਿੱਚ ਉਹਨਾਂ ਦਾ ਕੀ ਪਿਆਰ ਸੀ। ਅੱਜ ਜਿਹੜਾ ਪਰਿਵਾਰ ਦੇ ਨਾਲ ਸੰਵੇਦਨਾ ਬਤੀਤ ਕਰਨ ਵਾਸਤੇ ਵੱਖ ਵੱਖ ਥਾਵਾਂ ਤੋਂ ਸਾਰੇ ਮੇਰੀਆਂ ਮਾਤਾਵਾਂ ਸੱਜਣ ਆਏ ਨੇ। ਔਰ ਅਬ ਅੰਤ ਮੇਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। बरनाला में चोरों ने दो जगहों पर चोरी व लूटपाट की वारदातों को दिया अंजाम। स्पेयर पार्ट्स की दुकान से 5,000 की नकदी लूट हुए फरार। मां त्रिपुर मालिनी जी के मेले का हुआ आगाज। बड़ी संख्या में भक्त लाल झंडे लेकर मां के दरबार में हुए नतमस्तक। प्रसिद्ध भजन गायकों ने लगाई हाजिरी। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल। Mm-hmm.